ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ। ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਹੈ 24 ਦਸੰਬਰ 2023। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 24 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ, ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਲ ਹੀ ਵਿੱਚ ਯੂਨੈਸਕੋ ਨੇ ਕਿੱਥੇ ਦੇ ਰਾਮਬਾਗ ਗੇਟ ਅਤੇ ਰਾਮ ਪਾਰਟ ਨੂੰ ਸਨਮਾਨਿਤ ਕੀਤਾ ਹੈ? ਹਾਂਜੀ, ਯੂਨੈਸਕੋ ਨੇ ਅੰਮ੍ਰਿਤਸਰ ਦੇ ਰਾਮਬਾਗ ਗੇਟ ਅਤੇ ਰਾਮ ਪਾਰਟ ਨੂੰ ਸਨਮਾਨਿਤ ਕੀਤਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਅੰਮ੍ਰਿਤਸਰ। ਹੁਣ ਯੂਨੈਸਕੋ ਨੇ ਕੀਤਾ ਵਾ, ਤਾਂ ਯੂਨੈਸਕੋ ਦੀ ਫੁੱਲ ਫਾਰਮ ਆ ਯੂਨਾਈਟਿਡ ਨੈਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। ਇਸ ਦੀ ਸਥਾਪਨਾ 16 ਨਵੰਬਰ 1945 ਨੂੰ ਹੋਈ। ਇਸ ਦਾ ਹੈੱਡਕੁਆਰਟਰ ਆ ਪੈਰਿਸ ਦੇ ਵਿੱਚ, ਫਰਾਂਸ ਦੀ ਕੈਪੀਟਲ ਆ ਪੈਰਿਸ, ਅਤੇ ਪੈਰਿਸ ਦੇ ਵਿੱਚ ਆ ਯੂਨੈਸਕੋ ਦਾ ਹੈੱਡਕੁਆਰਟਰ, ਅਤੇ ਐਟ ਪ੍ਰੈਜੈਂਟ ਇਸ ਦੇ ਹੈੱਡ ਆ ਆਡਰੇ ਅਜ਼ੌਲੇ। ਨੈਕਸਟ ਕੁਐਸਚਨ ਆ ਜੀ, ਕਿਹੜੇ ਰਾਜ ਦੇ ਮੁੱਖ ਮੰਤਰੀ ਨੇ ਸ਼ਹੀਦੀ ਜੋੜ ਮੇਲੇ ਤੇ ਮਾਤਮੀ ਬਿਗਲ ਵਜਾਉਣ ਦਾ ਐਲਾਨ ਕੀਤਾ? ਹਾਂਜੀ, ਰੀਸੈਂਟਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦੀ ਜੋੜ ਮੇਲ ਤੇ ਮਾਤਮੀ ਬਿਗਲ ਵਜਾਉਣ ਦਾ ਐਲਾਨ ਕੀਤਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਪੰਜਾਬ। ਤੇ ਰੀਸੈਂਟਲੀ ਪੰਜਾਬ ਦੇ ਮੁੱਖ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10 ਵਜ ਕੇ 10 ਮਿੰਟ ਤੱਕ, ਯਾਨੀ ਕਿ 10 ਮਿੰਟ ਤੱਕ ਮਾਤਮੀ ਬਿਗਲ ਵਜਾਉਣ ਦਾ ਐਲਾਨ ਕੀਤਾ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ, ਪੰਜਾਬ, ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ, ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ, ਪੰਜਾਬ ਦੇ ਗਵਰਨਰ ਆ ਬਨਵਾਰੀ ਲਾਲ ਪੁਰੋਹਿਤ। ਪੰਜਾਬ ਦੇ ਨਾਲ ਭਾਰਤ ਦੇ ਇੱਕ ਹੀ ਰਾਜ ਦੀ ਹੱਦ ਲੱਗਦੀ, ਸੋਰੀ, ਇੱਕ ਹੀ ਦੇਸ਼ ਦੀ ਹੱਦ ਲੱਗਦੀ ਆ, ਉਹ ਹੈ ਪਾਕਿਸਤਾਨ। ਪਾਕਿਸਤਾਨ ਦੀ ਹੱਦ ਲੱਗਦੀ ਹੈ ਜੀ ਪੰਜਾਬ ਨੂੰ। ਇਸ ਤੋਂ ਇਲਾਵਾ ਪੰਜਾਬ ਦੇ ਦੱਖਣ ਦੇ ਵਿੱਚ ਹਰਿਆਣਾ ਅਤੇ ਰਾਜਸਥਾਨ ਦੀ ਹੱਦ ਲੱਗਦੀ ਹੈ, ਤੇ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਦੀ ਹੱਦ ਲੱਗਦੀ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ, ਤਿੰਨ ਰਾਜਾਂ ਦੀ ਹੱਦ ਲੱਗਦੀ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਿੰਨ ਰਾਜਾਂ ਦੀ ਹੱਦ, ਇੱਕ ਦੇਸ਼ ਦੀ ਹੱਦ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਪੰਜਾਬ ਨੂੰ ਲੱਗਦੀ ਹੈ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ। ਇੱਕ ਕੁਐਸਚਨ ਆਉਂਦਾ ਹੁੰਦਾ ਐਗਜ਼ਾਮ ਦੇ ਵਿੱਚ ਕਿ ਪੰਜਾਬ ਦੇ ਉੱਤਰ ਪੂਰਬ ਵਿੱਚ ਕੀ ਆ? ਸ਼ਿਵਾਲਿਕ ਦੀਆਂ ਪਹਾੜੀਆਂ ਨੇ। ਪੰਜਾਬ ਦੇ ਦੱਖਣ ਪੱਛਮ ਦੇ ਵਿੱਚ ਕੀ ਆ? ਰੇਤ ਦੇ ਟਿੱਬੇ ਆ। ਸੋ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ, ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਕੁਐਸਚਨ ਆ, ਕਿਹੜੇ ਖਿਡਾਰੀ ਨੇ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ? ਹਾਂਜੀ, ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ। ਇਹ ਕੀਤਾ ਵਾ ਜੀ ਐਲਾਨ ਬਜਰੰਗ ਪੁਨੀਆ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਠੀਕ ਹੈ। ਬਜਰੰਗ ਪੁਨੀਆ ਨੇ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ, ਤੇ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿਉਂ ਕੀਤਾ ਗਿਆ ਐਲਾਨ। ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਬਜਰੰਗ ਪੁਨੀਆ, ਤੇ ਇਹ ਮੈਂ ਤੁਹਾਨੂੰ ਦੱਸਦੀ ਹਾਂ। ਦੇਖੋ, WWFI ਤੁਸੀਂ ਸੁਣਿਆ ਹੋਣਾ, ਜਿਹਨੂੰ ਅਸੀਂ ਬੋਲਦੇ ਹਾਂ ਫੈਡਰੇਸ਼ਨ ਆਫ ਇੰਡੀਆ, ਜਾਂ ਫਿਰ ਕੋਈ ਭਾਰਤੀ ਕੁਸ਼ਤੀ ਮਹਾਸੰਘ, ਠੀਕ ਹੈ। ਤੇ ਇਸ ਦੇ ਜਿਹੜੇ ਪਹਿਲਾਂ ਪ੍ਰਧਾਨ ਸੀਗੇ ਉਹ ਸੀਗੇ ਬਿਰਜਭੂਸ਼ਣ। ਉਹਨਾਂ ਤੇ ਕੁਝ ਆਰੋਪ ਲੱਗੇ ਤੇ ਉਹਨਾਂ ਦੀ ਹੀ ਪਾਰਟੀ ਦਾ ਸੰਜੇ ਸਿੰਘ ਨੂੰ, ਉਹਨਾਂ ਦੀ ਪਾਰਟੀ ਦਾ ਸੰਜੇ ਸਿੰਘ ਆ, ਉਸ ਨੂੰ ਬਾਅਦ ਚੋਂ ਇਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਕਿਹਦਾ ਪ੍ਰਧਾਨ? ਭਾਰਤੀ ਕੁਸ਼ਤੀ ਮਹਾਸੰਘ ਦਾ। ਤੇ ਇਸ ਤੋਂ ਪਹਿਲਵਾਨ ਸਾਕਸ਼ੀ ਮਲਿਕ ਨੇ
ਸੰਨਿਆਸ ਲੈ ਲਿਆ। ਫਿਰ ਉਹਨੇ ਇਸ ਤੋਂ ਤੰਗ ਆ ਕੇ ਸੰਨਿਆਸ ਲਿਆ ਕਿ ਸਾਡੀ ਸੁਣੀ ਨਹੀਂ ਗਈ, ਕਿਉਂਕਿ ਇੱਕ ਵਾਰ ਸੁਣੀ ਵੀ ਗਈ ਆ ਤੇ ਨਾ ਸੁਣਨ ਦੇ ਬਰਾਬਰ ਹੀ ਕੀਤਾ ਗਿਆ। ਤੇ ਉਸੇ ਦੌਰਾਨ ਭਾਰਤੀ ਪਹਿਲਵਾਨ ਅਤੇ 올림픽 ਤਗਮਾ ਜੇਤੂ ਬਜਰੰਗ ਪੁਨੀਆ ਨੇ ਪੀਐਮ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ ਅਸੀਂ ਉਹਨਾਂ ਦੀਆਂ ਮੰਗਾਂ ਨਾ ਸੁਣੇ ਜਾਣ ਕਾਰਨ ਪਦਮ ਸ਼੍ਰੀ ਵਾਪਸ ਕਰ ਦੇਵਾਂਗਾ ਮੈਂ ਵੀ। ਮਤਲਬ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਵਾ ਕਿ ਮੈਂ ਪਦਮ ਸ਼੍ਰੀ ਵਾਪਸ ਕਰੂੰਗਾ। ਨੈਕਸਟ ਕੁਐਸਚਨ, ਹਾਲ ਹੀ ਵਿੱਚ 2024 ਵਿੱਚ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਲਈ ਕਿਸ ਦੇਸ਼ ਦੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ? ਦੇਖੋ ਪਹਿਲਾਂ ਇਨਵੀਟੇਸ਼ਨ ਭੇਜਿਆ ਗਿਆ ਸੀ ਭਾਰਤ ਦੇ ਗਣਤੰਤਰ ਦਿਵਸ ਤੇ, ਯਾਨੀ ਕਿ 26 ਜਨਵਰੀ ਲਈ ਪਹਿਲਾਂ ਇਨਵੀਟੇਸ਼ਨ ਭੇਜਿਆ ਗਿਆ ਸੀ USA ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ, ਪਰ ਉਹਨਾਂ ਨੇ ਇਹ ਇਨਵੀਟੇਸ਼ਨ ਕੈਂਸਲ ਕਰ ਦਿੱਤਾ। ਹੁਣ ਇਹ ਇਨਵੀਟੇਸ਼ਨ ਭੇਜਿਆ ਵਾ ਸੀ ਫਰਾਂਸ ਨੂੰ, ਫਰਾਂਸ ਦੇ ਰਾਸ਼ਟਰਪਤੀ ਨੂੰ ਭੇਜਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਨਵੀਟੇਸ਼ਨ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਫਰਾਂਸ ਦੇ ਰਾਸ਼ਟਰਪਤੀ ਆ ਇਮੈਨੂਅਲ ਮੈਕਰੋਨ ਤੇ ਉਹਨਾਂ ਨੂੰ ਇਹ ਇਨਵੀਟੇਸ਼ਨ ਦਿੱਤਾ ਗਿਆ ਵਾ। ਦੇਖਦੇ ਹਾਂ ਅੱਗੇ ਕਿ ਉਹ ਐਕਸੈਪਟ ਕਰਦੇ ਆ ਕਿ ਨਹੀਂ ਕਰਦੇ। ਫਰਾਂਸ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਫਰਾਂਸ। ਫਰਾਂਸ ਦੀ ਕੈਪੀਟਲ ਆ ਪੈਰਿਸ, ਕਰੰਸੀ ਆ ਯੂਰੋ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਨ। ਜਿਹੜੇ ਵੀ ਚੀਫ ਗੈਸਟ ਆਉਂਦੇ ਆ ਉਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਆ ਕਰੋ, ਕਿਉਂਕਿ ਇਹ 2023 ਦੇ ਰਿਪਬਲਿਕ ਡੇ ਤੇ ਸਾਡੇ ਚੀਫ ਗੈਸਟ ਰਹੇ ਸੀਗੇ ਮਿਸਰ ਦੇ ਪ੍ਰੈਜ਼ੀਡੈਂਟ ਅਬਦੁਲ ਫਤਿਹ ਅਲ ਸੀਸੀ, ਤੇ ਹੁਣ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਨ, ਜੇਕਰ ਇਹ ਮੰਨਦੇ ਆ ਤਾਂ 2024 ਦੇ ਸਾਡੇ ਚੀਫ ਗੈਸਟ ਰਹਿਣਗੇ ਇਹ ਰਿਪਬਲਿਕ ਡੇ ਤੇ, ਠੀਕ ਹੈ। ਫਰਾਂਸ ਵਿੱਚ ਤਮਿਲ ਕਵੀ ਤਿਰੁਲ ਵਾਰਾ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਫਰਾਂਸ ਨੇ ਸਕੂਲਾਂ 'ਚ ਔਰਤਾਂ ਦੇ ਅਬਾਇਆ ਪਹਿਰਾਵੇ ਤੇ ਪਾਬੰਦੀ ਲਗਾ ਦਿੱਤੀ। ਭਾਰਤ ਫਰਾਂਸ ਦੇ ਮਾਰਸ਼ਲ ਵਿੱਚ ਨਵਾਂ ਕੌਂਸਲੈਂਟ ਖੋਲੇਗਾ। ਪ੍ਰਧਾਨ ਮੰਤਰੀ ਮੋਦੀ ਨੂੰ ਫਰਾਂਸ ਦੇ ਸਰਵਉੱਚ ਸਨਮਾਨ ਗ੍ਰੈਂਡ ਕ੍ਰਾਸ ਆਫ ਦ ਲੀਜਨ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਨੈਕਸਟ ਕੁਐਸਚਨ, ਕਿਸ ਨੇ ਹਾਲ ਹੀ ਵਿੱਚ ਬਕਾਰੀ FIH ਪੁਰਸਕਾਰ ਜਿੱਤੇ ਹਨ? ਹਾਂਜੀ, ਬਕਾਰੀ FIH ਅਵਾਰਡ ਮਿਲੇ ਆ ਹਾਰਦਿਕ ਸਿੰਘ ਅਤੇ ਸਵਿਤਾ ਪੁਨੀਆ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹਾਰਦਿਕ ਸਿੰਘ ਅਤੇ ਸਵਿਤਾ ਪੁਨੀਆ ਦੋਨੋਂ ਹੀ ਹਾਕੀ ਦੇ ਪਲੇਅਰ, ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ। ਨੈਕਸਟ ਕੁਐਸਚਨ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਕਿਸ ਦੇਸ਼ ਵਿੱਚ 10 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਆ? ਹਾਂਜੀ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਦੇ ਅਨੁਸਾਰ 10 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਆ ਅਫਗਾਨਿਸਤਾਨ 'ਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਹ ਰਿਪੋਰਟ WHO ਨੇ ਕੱਢੀ ਹੈ, ਜਿਸ ਦੇ ਅਕੋਰਡਿੰਗ ਪੂਰੀ ਦੁਨੀਆ ਦੇ ਵਿੱਚ 10 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦਾ ਸਾਹਮਣਾ ਅਫਗਾਨਿਸਤਾਨ 'ਤੇ ਕਰ ਰਹੇ ਆ, ਅਫਗਾਨਿਸਤਾਨ ਦੇ ਵਿੱਚ ਕਰ ਰਹੇ ਆ। ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਫਗਾਨਿਸਤਾਨ, ਅਫਗਾਨਿਸਤਾਨ 'ਤੇ ਤਾਲਿਬਾਨ ਦਾ ਰਾਜ ਆ, ਠੀਕ ਹੈ, ਅਤੇ ਅਫਗਾਨਿਸਤਾਨ ਦੀ ਕੈਪੀਟਲ ਆ ਕਾਬੁਲ। ਤੇ ਅਫਗਾਨਿਸਤਾਨ NGO ਨੂੰ ਅੰਤਰਰਾਸ਼ਟਰੀ ਲਿੰਗ ਸਮਾਨਤਾ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਅਫਗਾਨਿਸਤਾਨ ਨੇ ਨਵੀਂ ਦਿੱਲੀ ਵਿੱਚ ਆਪਣਾ ਦੂਤਾਵਾਸ ਬੰਦ ਕਰਨ ਦਾ ਐਲਾਨ ਕੀਤਾ। ਅਜ਼ੀਜ਼ ਜਡੇਜ਼ਾ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਮੈਂਬਰ ਬਣੇ। ਨੈਕਸਟ ਕੁਐਸਚਨ, ਭਾਰਤੀ ਜਲ ਸੈਨਾ ਨੇ ਹਾਲ ਹੀ ਵਿੱਚ ਸਵਦੇਸੀ ਗਾਈਡਡ ਮਿਜ਼ਾਈਲ ਕਿਸ ਜਲ ਖੇਤਰ ਵਿੱਚ ਤਾਇਨਾਤ ਕੀਤੀ ਹੈ? ਹਾਂਜੀ, ਭਾਰਤੀ ਜਲ ਸੈਨਾ ਨੇ, ਯਾਨੀ ਕਿ ਇੰਡੀਅਨ ਨੇਵੀ ਨੇ ਸਵਦੇਸੀ ਗਾਈਡਡ ਮਿਜ਼ਾਈਲ ਤਾਇਨਾਤ ਕੀਤੀ ਆ ਅਦਨ ਦੀ ਖਾੜੀ ਦੇ ਵਿੱਚ। ਵੈਰੀ ਇੰਪੋਰਟੈਂਟ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਰਾਸ਼ਟਰੀ ਗਣਿਤ ਦਿਵਸ ਕਦੋਂ ਮਨਾਇਆ ਗਿਆ? ਹਾਂਜੀ, ਰਾਸ਼ਟਰੀ ਗਣਿਤ ਦਿਵਸ, ਦੇਖੋ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ ਹਰੇਕ ਸਾਲ 22 ਦਸੰਬਰ ਨੂੰ, ਕਿਉਂਕਿ 22 ਦਸੰਬਰ ਨੂੰ ਗਣਿਤ ਦੇ ਜੀਨੀਅਸ ਸ਼੍ਰੀ ਨਿਵਾਸ ਰਾਮਾਨੁਜਨ ਦੀ ਜਯੰਤੀ ਹੁੰਦੀ ਆ, ਤੇ ਇਹਨਾਂ ਦੀ ਜਯੰਤੀ ਨੂੰ ਗਣਿਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ, ਰਾਸ਼ਟਰੀ ਗਣਿਤ ਦਿਵਸ ਦੇ ਰੂਪ ਵਿੱਚ, ਠੀਕ ਹੈ। ਤੇ ਇਹਨਾਂ ਦਾ ਜਨਮ ਕਦੋਂ ਹੋਇਆ ਸੀ? 22 ਦਸੰਬਰ 1887 ਨੂੰ ਤਮਿਲਨਾਡੂ ਦੇ ਵਿੱਚ ਹੋਇਆ।
ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ, ਤਾਂ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ, VSF ਦਾ ਸਥਾਪਨਾ ਦਿਵਸ ਮਨਾਇਆ ਗਿਆ, 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ, ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਵਸ ਮਨਾਇਆ ਗਿਆ, ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ, 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ, 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ, 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ, ਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ, 6 ਦਸੰਬਰ ਨੂੰ ਮਹਾਪਰਿਨਿਰਵਾਣ ਦਿਵਸ ਮਨਾਇਆ ਗਿਆ, 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ, ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਦਿਵਸ ਮਨਾਇਆ ਗਿਆ, 8 ਦਸੰਬਰ ਨੂੰ ਬੋਧੀ ਦਿਵਸ ਮਨਾਇਆ ਗਿਆ, 2 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ, 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ, ਬਰਾਬਰੀ ਅਤੇ ਸਾਰਿਆਂ ਲਈ ਨਿਆਂ ਦਿਵਸ ਮਨਾਇਆ ਗਿਆ, ਜਾਣੀ ਕਿ ਇਹਦੀ ਥੀਮ ਸੀ, ਠੀਕ ਹੈ। 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਮਨਾਇਆ ਗਿਆ, ਯੂਨੀਸੇਫ ਦਿਵਸ ਮਨਾਇਆ ਗਿਆ, 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਡੇ ਮਨਾਇਆ ਗਿਆ, 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ, 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਗਿਆ, 18 ਦਸੰਬਰ ਨੂੰ ਘੱਟ ਗਿਣਤੀ ਅਧਿਕਾਰ ਦਿਵਸ ਅਤੇ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਮਨਾਇਆ ਗਿਆ, 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਗਿਆ, 20 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਵਸ ਮਨਾਇਆ ਗਿਆ, 21 ਦਸੰਬਰ ਨੂੰ ਵਿਸ਼ਵ ਬਾਸਕਟਬਾਲ ਦਿਵਸ ਮਨਾਇਆ ਗਿਆ। ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ, ਕਿ ਇਸਨੇ ਹਾਲ ਹੀ ਵਿੱਚ ਟੈਗੋਰ ਸਾਹਿਤਕ ਪੁਰਸਕਾਰ ਜਿੱਤਿਆ ਹੈ। ਹਾਂਜੀ, ਟੈਗੋਰ ਲਿਟਰੇਸੀ ਅਵਾਰਡ ਆ ਜਿਹੜਾ, ਜਾਂ ਟੈਗੋਰ ਸਾਹਿਤਕ ਪੁਰਸਕਾਰ ਆ ਜਿਹੜਾ, ਇਹ ਜਿੱਤਿਆ ਵਾ ਜੀ ਸੁਕਿਰਤਾ ਪਾਲ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ, ਸੁਕਿਰਤਾ ਪਾਲ। ਇਹਨਾਂ ਦੀ ਇੱਕ ਬੁੱਕ ਆ ਸ਼ੋਰਟ ਐਂਡ ਪੇਪਰ ਸਿਲੈਕਟ ਪੋਇਮਸ, ਠੀਕ ਹੈ, ਅਤੇ ਇਸ ਦੇ ਲਈ ਇਹਨਾਂ ਨੂੰ ਟੈਗੋਰ ਸਾਹਿਤਕ ਅਵਾਰਡ ਮਿਲਿਆ। ਅਤੇ ਹੁਣ ਅਵਾਰਡ ਦੀ ਗੱਲ ਆ, ਤਾਂ ਸ਼੍ਰੀ ਨਿਵਾਸ ਨਾਇਕ ਨੇ G20 ਸੰਮੇਲਨ ਵਿੱਚ ਗਲੋਬਲ ਆਈਕਨ ਅਵਾਰਡ ਜਿੱਤਿਆ। ਸਵਿਤਾ ਲਾਡੀਜ਼ ਨੂੰ ਰੋਇਲ ਸੁਸਾਇਟੀ ਆਫ ਕੈਮਿਸਟਰੀ ਅਵਾਰਡ ਮਿਲਿਆ। ਜਾਵੇਦ ਅਖਤਰ ਨੂੰ ਅਜਾਂਤਾ ਐਲੋਰਾ ਫਿਲਮ ਫੈਸਟੀਵਲ 'ਚ ਪਦਮ ਪਾਣੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਪੁਸ਼ਪਾ ਭਾਰਤੀ ਨੂੰ 33ਵੇਂ ਵਿਆਸ ਸਨਮਾਨ 2023 ਲਈ ਚੁਣਿਆ ਗਿਆ। ਨੈਕਸਟ ਪੋਜੀਸ਼ਨ, ਹਾਲ ਹੀ ਵਿੱਚ ਜਾਰੀ ਕੀਤੀ ਲੀਡਸ ਰੈਂਕਿੰਗ ਵਿੱਚ ਕੌਣ ਸਿਖਰ 'ਤੇ ਰਿਹਾ? ਹਾਂਜੀ, ਲੀਡਸ ਰੈਂਕਿੰਗ ਜਾਰੀ ਕੀਤੀ ਗਈ ਹੈ, ਅਤੇ ਇਸ ਦੇ ਵਿੱਚ ਤਮਿਲਨਾਡੂ ਸਿਖਰ 'ਤੇ ਰਿਹਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹੁਣ ਲੀਡਸ ਰੈਂਕਿੰਗ ਵਿੱਚ ਤਮਿਲਨਾਡੂ ਟੌਪ 'ਤੇ ਰਿਹਾ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਮਿਲਨਾਡੂ। ਤਮਿਲਨਾਡੂ ਦੀ ਕੈਪੀਟਲ ਆ ਚੇਨਈ, ਚੀਫ ਮਿਨਿਸਟਰ ਐਮ ਕੇ ਸਟਾਲਿਨ, ਗਵਰਨਰ ਆ ਆਰ ਐਨ ਰਵੀ। ਤਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ, ਗਿੰਡੀ ਨੈਸ਼ਨਲ ਪਾਰਕ, ਇੰਦਰਾ ਗਾਂਧੀ ਨੈਸ਼ਨਲ ਪਾਰਕ, ਅੰਨਾਮਲਾਈ ਨੈਸ਼ਨਲ ਪਾਰਕ, ਮਨਾਰ ਨੈਸ਼ਨਲ ਪਾਰਕ, ਮੁਕੁਰਤੀ ਨੈਸ਼ਨਲ ਪਾਰਕ, ਸੱਤੇਮੰਗਲਮ ਟਾਈਗਰ ਰਿਜ਼ਰਵ। ਇਸ ਨੂੰ TX2 ਦਾ ਪੁਰਸਕਾਰ ਮਿਲਿਆ, ਕਿਉਂਕਿ ਇੱਥੇ ਬਾਘਾਂ ਦੀ ਆਬਾਦੀ ਦੁੱਗਣੀ ਹੋ ਗਈ ਆ। ਇਸ ਤੋਂ ਇਲਾਵਾ ਤਮਿਲਨਾਡੂ ਦੇ ਵਿੱਚ ਚੈਂਬਰ ਮੱਕਮ ਝੀਲ ਆ, ਉਲਟੀ ਝੀਲ ਆ, ਕਾਲੀ ਬੈਲੀ ਝੀਲ ਆ, ਪੋਲਿਕਤ ਝੀਲ ਆ, ਕੋਲਾਵਈ ਝੀਲ ਆ, ਸੋਲਾਬਰਮ ਝੀਲ ਆ, ਬੀਰਨਮ ਝੀਲ ਆ, ਕੋਡੇਕਨਾਲ ਝੀਲ ਆ, ਰੈੱਡ ਹਿਲਸ ਝੀਲ ਆ, ਅੰਬਤੂਰ ਝੀਲ ਆ, ਸਿੰਗਾਨਲੂਰ ਝੀਲ ਆ। ਮੱਛੀ ਦੇ ਉਤਪਾਦਨ ਵਿੱਚ ਟੌਪ 'ਤੇ ਹੈ ਤਮਿਲਨਾਡੂ। ਭਾਰਤ ਦਾ ਪਹਿਲਾ ਤਿਲਪੀਆ ਪਾਰਵੋ ਵਾਇਰਸ ਤਮਿਲਨਾਡੂ ਵਿੱਚ ਸਾਹਮਣੇ ਆਇਆ। ਸਟਰੀਟ ਚਾਈਲਡ ਕ੍ਰਿਕਟ ਵਰਲਡ ਕੱਪ ਚੇਨਈ ਵਿੱਚ ਹੋਵੇਗਾ। ਤਮਿਲਨਾਡੂ ਦੇ ਸਲੇਮ ਸਾਗੋ ਨੂੰ GI ਟੈਗ ਮਿਲਿਆ। ਤਮਿਲਨਾਡੂ ਦੇ ਮੁੱਖ ਮੰਤਰੀ ਨੇ ਸਕੂਲਾਂ ਲਈ ਵਿਸਤ੍ਰਿਤ ਨਾਸ਼ਤਾ ਯੋਜਨਾ ਸ਼ੁਰੂ ਕੀਤੀ। ਤਮਿਲਨਾਡੂ ਸਰਕਾਰ ਇੰਡੀਆ ਸੈਂਟਰ ਫਾਰ ਐਡਵਾਂਸ ਮੈਨੂਫੈਕਚਰਿੰਗ ਸਥਾਪਿਤ ਕਰਨ ਦੀ ਯੋਜਨਾ ਬਣਾਏਗੀ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਜਾਰੀ ਇੰਡੀਆ ਸਕਿੱਲ ਰਿਪੋਰਟ 2024 ਦੇ ਅਨੁਸਾਰ ਭਾਰਤ ਵਿੱਚ ਕੰਮ ਕਰਨ ਲਈ ਸਭ ਤੋਂ ਵੱਧ ਪਸੰਦੀਦਾ ਰਾਜ ਕਿਹੜਾ ਬਣਿਆ? ਹਾਂਜੀ, ਇੰਡੀਆ ਸਕਿੱਲ ਰਿਪੋਰਟ 2024 ਦੇ ਅਨੁਸਾਰ ਭਾਰਤ ਵਿੱਚ ਕੰਮ ਕਰਨ ਲਈ ਸਭ ਤੋਂ ਵੱਧ ਪਸੰਦੀਦਾ ਰਾਜ ਬਣਿਆ ਕੇਰਲ। ਕੇਰਲ ਦੇ ਕੋਚੀ ਐਂਡ ਤ੍ਰਿਵਨੰਤਪੁਰਮ ਨੂੰ
ਕੰਮ ਕਰਨ ਲਈ ਸਭ ਤੋਂ ਵਧੀਆ ਮੰਨਿਆ ਗਿਆ ਵਾ, ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਕੇਰਲ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ, ਕੇਰਲ, ਕੇਰਲ ਦੀ ਕੈਪੀਟਲ ਆ ਤ੍ਰਿਵਨਤਮਪੁਰਮ। ਇੱਥੋਂ ਦੇ ਚੀਫ ਮਿਨਿਸਟਰ ਆ ਪਿਨਰਈ ਵਿਜ਼ੀਅਨ, ਗਵਰਨਰ ਆ ਆਰ ਐਫ ਮੁਹੰਮਦ ਖਾਨ। ਕੇਰਲ ਦੇ ਵਿੱਚ ਅਨਾਈ ਮੁਦੀ ਸੋਲਾ ਨੈਸ਼ਨਲ ਪਾਰਕ ਆ, ਮਾਥੀ ਕੇਤਨ ਸੋਲਾ ਨੈਸ਼ਨਲ ਪਾਰਕ ਆ, ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ, ਐਰਵੀਕੁਲਮ ਨੈਸ਼ਨਲ ਪਾਰਕ ਆ, ਪੈਰੀਆਰ ਵਾਈਲਡ ਲਾਈਫ ਸੈਂਚੁਰੀ ਆ। ਭਾਰਤ ਦੀ ਸਭ ਤੋਂ ਤੇਜ਼ ਸੂਰਜੀ ਇਲੈਕਟ੍ਰਿਕ ਕਿਸ਼ਤੀ ਬਾਰਾਕੋਡਾ ਕੇਰਲ ਦੇ ਵਿੱਚ ਲਾਂਚ ਕੀਤੀ ਗਈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੇਰਲ ਵਿੱਚ ਲਗਜ਼ਰੀ ਜਹਾਜ਼ ਕਲਾਸਿਕ ਇੰਪੀਰੀਅਲ ਲਾਂਚ ਕੀਤਾ। ਕੇਰਲ ਵਿੱਚ ਪੁਰੂਮਾਲਾ ਪੇਰੂਨਲ ਤਿਉਹਾਰ ਮਨਾਇਆ ਗਿਆ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਕਿਹੜੇ ਹਵਾਈ ਅੱਡਿਆਂ ਵਿੱਚੋਂ 12 ਨੂੰ ਵਿਸ਼ਵ ਪੱਧਰ ਤੇ ਚੋਟੀ ਦੇ ਸੁੰਦਰ ਹਵਾਈ ਅੱਡਿਆਂ ਵਜੋਂ ਮਾਨਤਾ ਦਿੱਤੀ ਗਈ? ਹਾਂਜੀ, ਰੀਸੈਂਟਲੀ ਦੇਖੋ ਇੱਥੇ 12 ਨਹੀਂ ਗਾ, ਇੱਥੇ T2 ਆ, ਠੀਕ ਹੈ। T2 ਦਾ ਮਤਲਬ ਆ ਟਰਮੀਨਲ 2, ਠੀਕ ਹੈ, ਇਹ ਬਾਈ ਮਿਸਟੇਕ ਟਾਈਪ ਹੋਇਆ। ਕਿਹੜੇ ਹਵਾਈ ਅੱਡਿਆਂ ਵਿੱਚੋਂ T2 ਨੂੰ ਵਿਸ਼ਵ ਪੱਧਰ ਤੇ ਚੋਟੀ ਦੇ ਸੁੰਦਰ ਹਵਾਈ ਅੱਡਿਆਂ ਵਜੋਂ ਮਾਨਤਾ ਦਿੱਤੀ ਗਈ? ਤਾਂ ਇਹ ਦਿੱਤੀ ਗਈ ਆ ਬੰਗਲੌਰੂ ਹਵਾਈ ਅੱਡੇ ਨੂੰ, ਬੰਗਲੌਰ ਦੇ ਹਵਾਈ ਅੱਡੇ ਨੂੰ। ਬੰਗਲੌਰ ਦੇ ਵਿੱਚ ਕਿਹੜਾ ਹਵਾਈ ਅੱਡਾ ਵਾ? ਬੰਗਲੌਰ ਦੇ ਵਿੱਚ ਆ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ, ਤੇ ਇਸ ਦੇ ਟਰਮੀਨਲ 2 ਨੂੰ ਚੋਟੀ ਦੇ ਸੁੰਦਰ ਹਵਾਈ ਅੱਡਿਆਂ ਵਜੋਂ ਮਾਨਤਾ ਮਿਲੀ ਆ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਕੈਮੀਕਲਸ ਉੱਤੇ VGGS, ਇਹਦਾ ਮਤਲਬ ਆ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਪ੍ਰੀ ਸਮਿਟ ਸੈਮੀਨਾਰ ਕਿੱਥੇ ਆਯੋਜਿਤ ਕੀਤਾ ਜਾਵੇਗਾ? ਹਾਂਜੀ, ਕੈਮੀਕਲਸ ਉੱਪਰ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਪ੍ਰੀ ਸਮਿਟ ਸੈਮੀਨਾਰ ਗੁਜਰਾਤ ਦੇ ਵਿੱਚ ਹੀ ਆਯੋਜਿਤ ਕੀਤਾ ਜਾਵੇਗਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਗੁਜਰਾਤ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ। ਗੁਜਰਾਤ ਦੀ ਕੈਪੀਟਲ ਆ ਗਾਂਧੀਨਗਰ। ਚੀਫ ਮਿਨਿਸਟਰ ਆ ਭੁਪਿੰਦਰਾ ਪਟੇਲ ਅਤੇ ਗਵਰਨਰ ਆਚਾਰਿਆ ਦੇਵਰਤ। ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ, ਬਸੰਦਾ ਨੈਸ਼ਨਲ ਪਾਰਕ ਆ, ਬਲੈਕ ਬੱਕ ਨੈਸ਼ਨਲ ਪਾਰਕ ਆ। ਗੁਜਰਾਤ ਰਾਜ ਦੀ ਤੱਟ ਰੇਖਾ ਸਭ ਤੋਂ ਵੱਡੀ ਆ। ਪੰਛੀਆਂ ਦੀ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ। ਤੇ ਸੂਰਤ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਖੋਲ੍ਹਿਆ ਗਿਆ। ਕੋਕਾ ਕੋਲਾ ਦੀ ਬੋਟਲਿੰਗ ਯੂਨਿਟ ਗੁਜਰਾਤ ਵਿੱਚ 3,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਘੋਲ ਮੱਛੀ ਨੂੰ ਗੁਜਰਾਤ ਦੀ ਰਾਜ ਮੱਛੀ ਘੋਸ਼ਿਤ ਕੀਤਾ ਗਿਆ। ਗੁਜਰਾਤ ਦਾ ਰੇਲ ਕੋਚ ਰੈਸਟੋਰੈਂਟ ਰਾਜਕੋਟ ਵਿੱਚ ਖੁੱਲ੍ਹਿਆ। ਪ੍ਰਧਾਨ ਮੰਤਰੀ ਮੋਦੀ ਨੇ ਸਟੀਮ ਇੰਜਨ ਨਾਲ ਗੁਜਰਾਤ ਦੀ ਵਿਰਾਸਤੀ ਰੇਲ ਗੱਡੀ ਦਾ ਉਦਘਾਟਨ ਕੀਤਾ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।